ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਬੱਤ ਪੰਜਾਬ ਦੇ ਵਸਿੰਦਿਆਂ ਨੂੰ ਕਿਸਾਨਾਂ ਨੂੰ ਮੈਂ ਇੱਕ ਪੂਰਜ਼ੋਰ ਬੇਨਤੀ ਕਰਦਾ ਕਿ ਮੈਂ ਭਾਈ ਅਵਤਾਰ ਸਿੰਘ ਹਜ਼ੂਰੀ ਕੀਰਤਨੀਆਂ ਗੁਰਸਾਗਰ ਮਸਤਵਾਣਾ ਸਾਹਿਬ, ਆਹ ਹੁਣ ਸੰਘਰਸ਼ਾਂ ਦਾ ਦੌਰ ਚੱਲ ਰਿਹਾ ਭਰਾਵੋ, ਦਿੱਲੀ ਦੇ ਨਾਲ ਪੰਜਾਬ ਦੀ ਟੱਕਰ ਹੈ ਸਿੱਧੀ। ਔਰ ਜਦੋਂ ਮੈਂ ਭੋਗਾਂ 'ਤੇ ਜਾਂਦਾ, ਸ਼ਰਧਾਂਜਲੀ ਸਮਾਗਮਾਂ 'ਤੇ ਜਾਂਦਾ ਕੀਰਤਨ ਕਰਨ ਦੇ ਲਈ, ਉੱਥੇ ਮੈਂ ਇੱਕ ਘਾਟ ਮਹਿਸੂਸ ਕਰ ਰਿਹਾ, ਜਿਹੜੀ ਕਿ ਹੁਣ ਆਉਣ ਵਾਲੇ ਸਮੇਂ ਲਈ ਮੇਰੀ ਬੇਨਤੀ ਨੂੰ ਮੈਂ ਆਸ ਰੱਖਦਾ ਤੁਸੀਂ ਪ੍ਰਵਾਨ ਕਰੋਗੇ। ਜਦੋਂ ਵੀ ਕੋਈ ਮ੍ਰਿਤਕ ਪ੍ਰਾਣੀ ਦਾ ਭੋਗ ਪੈਂਦਾ, ਭੋਗ ਤੋਂ ਉਪਰੰਤ ਉੱਥੇ ਉਸ ਮ੍ਰਿਤਕ ਪ੍ਰਾਣੀ ਦੀ ਪ੍ਰਥਾਏ ਪਰਿਵਾਰ ਵੱਲੋਂ ਫਿਰ ਵੱਖ ਵੱਖ ਥਾਵਾਂ ਲਈ ਪੈਸੇ ਦਿੱਤੇ ਜਾਂਦੇ ਨੇ, ਉਹ ਪੈਸੇ ਬੋਲੇ ਜਾਂਦੇ ਨੇ। ਮੈਂ ਹੈਰਾਨ ਹੁੰਦਾ ਕਈ ਵਾਰੀ ਜਦੋਂ ਦੇਖਿਆ ਜਾਂਦਾ ਕਿ ਪਰਿਵਾਰ ਵੱਲੋਂ ਪੈਸੇ ਬੋਲੇ ਜਾਂਦੇ ਨੇ, ਜੀ ਆਹ 1100 ਫਲਾਣੇ ਸਿੱਧਾਂ ਦੇ ਲਈ, ਆਹ 1100 ਫਲਾਣਾ ਸ਼ਹੀਦਾਂ ਦਾ ਸਥਾਨ ਹੈ ਉਹਦੇ ਲਈ, ਆਹ 1100 ਕਰੀਰ ਵਾਲਾ ਬਾਬਾ ਉਹਦੇ ਲਈ, ਆਹ 500 ਫਲਾਣਾ ਪੱਥਰ ਵਾਲਾ ਬਾਬਾ ਉਹਦੇ ਲਈ, ਆਹ ਫਲਾਣਾ ਜੰਡ ਵਾਲੇ ਬਾਬੇ ਲਈ, ਜਾਂ ਫਲਾਣੇ ਕਿਸੇ ਮੜੀਆਂ ਦੇ ਲਈ। ਮੇਰੀ ਪੂਰਜ਼ੋਰ ਬੇਨਤੀ ਹੈ, ਜਿਹੜਾ ਹੁਣ ਕਿਸਾਨੀ ਸੰਘਰਸ਼ ਚੱਲ ਰਿਹਾ, ਇਹ ਸਮਾਂ ਇਹੋ ਜਿਹੀਆਂ ਥਾਵਾਂ 'ਤੇ ਪੈਸੇ ਦੇਣ ਦਾ ਨਹੀਂ। ਮੇਰੀ ਪੂਰੀ ਪੰਜਾਬ ਵਾਸੀਆਂ ਨੂੰ ਬੇਨਤੀ ਹੈ, ਜਿੰਨੀਆਂ ਵੀ ਧਿਰਾਂ ਕਿਸਾਨੀ ਦੇ ਇਸ ਸੰਘਰਸ਼ ਦੇ ਨਾਲ ਜੁੜੀਆਂ ਹੋਈਆਂ ਨੇ, ਜਿੰਨੇ ਵੀ ਆਪਣੇ ਘਰਾਂ ਵਿੱਚ ਖੁਸ਼ੀ ਦੇ ਜਾਂ ਗਮੀ ਦੇ ਪ੍ਰੋਗਰਾਮ ਹੁੰਦੇ ਨੇ, ਜੇ ਸਹਾਇਤਾ ਦੇਣੀ ਹੈ ਤਾਂ ਕਿਸਾਨ ਸੰਘਰਸ਼ ਦੇ ਵਿੱਚ ਦੇਵੋ। ਆਪਣੇ ਜਿੰਨੇ ਵੀ ਸਮਾਗਮ ਹੁੰਦੇ ਨੇ, ਜਿੱਥੇ ਵੀ ਹੁੰਦੇ ਨੇ, ਉੱਥੇ ਆ ਛੋਟੀਆਂ ਮੋਟੀਆਂ ਥਾਵਾਂ ਤੋਂ ਇਲਾਵਾ, ਕਿਉਂਕਿ ਇਹਨਾਂ ਥਾਵਾਂ ਨੇ ਕੁਝ ਨਹੀਂ ਦੇਣਾ, ਨਾ ਸਾਡੇ ਕੋਈ ਬੱਚਿਆਂ ਨੂੰ ਇਹਨਾਂ ਨੇ ਗਿਆਨ ਦੇਣਾ, ਜਾਂ ਮੱਠਾਂ ਨੇ, ਮੜੀਆਂ ਨੇ, ਸਮਾਧਾਂ ਨੇ, ਜੰਡਾਂ ਨੇ, ਪੀਰਾਂ ਨੇ, ਬਾਬਿਆਂ ਨੇ, ਜੋਗੀਆਂ ਨੇ, ਇਹਨਾਂ ਨੇ ਕੁਝ ਨਹੀਂ ਦੇਣਾ। ਉਹਨਾਂ ਨੂੰ ਪੈਸੇ ਦੇਣ ਦੀ ਬਜਾਏ ਹੁਣ ਜਿਹੜੀ ਕਿਸਾਨੀ ਸੜਕਾਂ 'ਤੇ ਬੈਠੀ ਹੈ, ਟੂਲ ਪਲਾਜ਼ਿਆਂ ਦੇ ਉੱਪਰ ਬੈਠੀ ਹੈ, ਔਰ ਰੇਲਵੇ ਸਟੇਸ਼ਨਾਂ 'ਤੇ ਬੈਠੀ ਹੈ, ਇਹ ਯੋਧੇ ਜਿਹੜੇ ਬੈਠੇ ਨੇ ਇਹ ਸੰਘਰਸ਼ਾਂ ਲਈ, ਹੁਣ ਸਾਰੇ ਜਿੰਨੀ ਬੇਨਤੀ ਹੈ ਇਹ ਸੰਘਰਸ਼ਾਂ ਵਾਸਤੇ ਪੈਸੇ ਦਿਓ। ਮੈਂ ਸੰਘਰਸ਼ਾਂ ਦੇ ਵਿੱਚ ਵੀ ਜਾਂਦਾ, ਉੱਥੇ ਸੰਗਤ ਨਾਲ ਵਿਚਾਰ ਸਾਂਝੇ ਕਰਦਾ, ਕਈ ਜਥੇਬੰਦੀਆਂ ਨੇ ਐਲਾਨ ਵੀ ਕਰੇ ਨੇ ਕਿ ਜਿਹੜੀ ਫਾਈਨੈਂਸ਼ਲੀ ਤੌਰ 'ਤੇ ਜਿਹੜੀ ਘਾਟ ਮਹਿਸੂਸ ਹੋ ਰਹੀ ਹੈ ਇਹ ਮਹਿਸੂਸ ਨਾ ਹੋਵੇ, ਪੂਰਜ਼ੋਰ ਮੇਰੀ ਬੇਨਤੀ ਹੈ। ਔਰ ਇਸ ਤਰ੍ਹਾਂ ਸਾਰੇ ਅਮਲ ਕਰੋ, ਜਿਤਨੇ ਵੀ ਖੁਸ਼ੀ ਜਾਂ ਗਮੀ ਦੇ ਆਪਣੇ ਘਰਾਂ ਵਿੱਚ ਪ੍ਰੋਗਰਾਮ ਸਮਾਗਮ ਹੋ ਰਹੇ ਨੇ, ਉਸ ਜਗ੍ਹਾ ਦੇ ਉੱਪਰ ਜੇ ਕੋਈ ਸਹਾਇਤਾ ਦੇਣੀ ਹੈ ਤਾਂ ਇਹਨਾਂ ਕਿਸਾਨੀ ਸੰਘਰਸ਼ਾਂ ਲਈ ਵੱਧ ਤੋਂ ਵੱਧ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।